ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਚੈਨਲ ਸ਼ਾਨ ਪੰਜਾਬੀ ਤੇ ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਬਾਰੇ ਸਿੱਧੂ ਮੂਸੇਵਾਲਾ ਜਿਨ੍ਹਾਂ ਨੇ ਪੰਜਾਬੀ ਇੰਡਸਟਰੀ ਦੇ ਵਿੱਚ ਆਪਣਾ ਵੱਖਰਾ ਹੀ ਰਿਕਾਰਡ ਬਣਾਇਆ ਉਹਨਾਂ ਦੀ ਗਾਇਕੀ ਨੇ ਵੱਖਰਾ ਹੀ ਰਿਕਾਰਡ ਬਣਾਇਆ ਅਤੇ ਇਹ ਕਿਹਾ ਜਾਂਦਾ ਹੈ ਕਿ ਸਿੱਧੂ ਮੂਸੇਵਾਲਾ ਅੱਜ ਦੇ ਸਮੇਂ ਦਾ ਚਮਕੀਲਾ ਹੈ ਕਿਉਂਕਿ ਕੁਝ ਸਮੇਂ ਪਹਿਲਾਂ ਚਮਕੀਲੇ ਦਾ ਹੀ ਇੰਨਾ ਜ਼ਿਆਦਾ ਨਾਮ ਹੋਇਆ ਸੀ ਪੰਜਾਬੀ ਇੰਡਸਟਰੀ ਦੇ ਵਿੱਚ ਚਮਕੀਲੇ ਤੋਂ ਬਾਅਦ ਸ਼ਾਇਦ ਸਿੱਧੂ ਮੂਸੇਵਾਲਾ ਇਹ ਪਹਿਲੇ ਗਾਇਕ ਹੋਣੇ ਜਿਨ੍ਹਾਂ ਦਾ ਪੰਜਾਬੀ ਇੰਡਸਟਰੀ ਦੇ ਵਿੱਚ ਇੰਨਾ ਕੁ ਨਾਮ ਹੋ ਚੁੱਕਿਆ ਹੈ ਅਤੇ ਹੁਣ ਤੁਹਾਨੂੰ ਦੱਸ ਦਈਏ ਕਿ ਵੱਖਰੇ ਰਿਕਾਰਡਾਂ ਦੇ ਵਿੱਚੋਂ ਹੁਣ ਇੱਕ ਹੋਰ ਵੱਖਰਾ ਰਿਕਾਰਡ ਬਣ ਚੁੱਕਿਆ ਹੈ ਸਿੱਧੂ ਮੂਸੇਵਾਲਾ ਦੇ ਚੈਨਲ ਨੂੰ ਲੈ ਕੇ ਜੀ ਹਾਂ ਸਿੱਧੂ ਮੂਸੇਵਾਲਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਦੇ ਉੱਤੇ ਇਸ ਦੀ ਅਪਡੇਟ ਦਿੱਤੀ ਹੈ ਆਓ ਤੁਹਾਨੂੰ ਦਿਖਾਉਂਦੇ ਹਾਂ ਅਪਡੇਟ ਹੈ ਕੀ ਸਿੱਧੂ ਮੂਸੇਵਾਲਾ ਟਾਪ ਰੈਂਕਿੰਗ ਦੀ ਪੋਸਟ ਆਪਣੇ ਇੰਸਟਾਗ੍ਰਾਮ ਅਕਾਊਂਟ ਦੇ ਉੱਤੇ ਸਾਂਝੀ ਕਰਦੇ ਹਨ ਜਿਸ ਦੇ ਵਿੱਚ ਲਿਖਿਆ ਹੋਇਆ ਹੈ ਟਾਪ ਮੋਸਟ ਕਮੈਂਟਡ 뮤직 YouTube ਚੈਨਲਸ ਇਨ ਇੰਡੀਆ ਹੇਅਰ ਅ ਲਿਸਟ ਆਫ ਦ 100 ਮੋਸਟ ਕਮੈਂਟਡ 뮤직 YouTubers ਐਂਡ ਚੈਨਲਸ ਇਨ ਇੰਡੀਆ ਫਾਈਂਡ ਆਊਟ ਹੂ ਇਜ਼ ਦ ਹੈਸ਼ਟੈਗ ਫਸਟ YouTuber ਇਨ ਇੰਡੀਆ ਐਂਡ ਗੈਟ ਅ ਲਿਸਟ ਆਫ ਦ ਮੋਸਟ ਪਪੂਲਰ 뮤직 YouTube ਚੈਨਲਸ ਇਨ ਨਵੰਬਰ 2020 ਤੇ ਉਸ ਤੋਂ ਬਾਅਦ ਨੀਚੇ ਫਸਟ ਨੰਬਰ ਤੇ ਲਿਖਿਆ ਹੋਇਆ ਹੈ ਸਿੱਧੂ ਮੂਸੇਵਾਲੇ ਦਾ 5911 ਰਿਕਾਰਡਸ ਚੈਨਲ ਜੀ ਹਾਂ ਇਹ ਹੈ ਸਿੱਧੂ ਮੂਸੇਵਾਲਾ ਦੇ ਚੈਨਲ ਨੂੰ ਲੈ ਕੇ ਨਵੀਂ ਅਪਡੇਟ ਜਿਸ ਦੇ ਵਿੱਚ ਸਿੱਧੂ ਮੂਸੇਵਾਲਾ ਦਾ ਚੈਨਲ ਵੀ ਹੁਣ ਪੂਰੇ ਇੰਡੀਆ ਦੇ ਵਿੱਚ ਨੰਬਰ 1 ਤੇ ਆ ਚੁੱਕਿਆ ਹੈ ਸਿੱਧੂ ਮੂਸੇਵਾਲਾ ਨੇ ਤਾਂ ਆਪਣੇ ਵੱਲੋਂ ਇਹ ਅਪਡੇਟ ਦੇ ਦਿੱਤੀ ਹੈ ਹੁਣ ਇਸ ਦੇ ਪਿੱਛੇ ਕਿੰਨੀ ਕੁ ਸੱਚਾਈ ਹੈ ਕਿ ਵਾਕਈ ਹੀ ਸਿੱਧੂ ਮੂਸੇਵਾਲਾ ਦਾ ਚੈਨਲ ਪੂਰੇ ਇੰਡੀਆ ਦੇ ਵਿੱਚ ਨੰਬਰ 1 ਤੇ ਹੈ ਆਪਣੇ ਵੱਲੋਂ ਤੁਸੀਂ ਇਸ ਵੀਡੀਓ ਨੂੰ ਲੈ ਕੇ ਕੀ ਸੁਝਾਅ ਦੇਣਾ ਚਾਹੁੰਦੇ ਹੋ ਸਿੱਧੂ ਮੂਸੇਵਾਲਾ ਦੇ ਕੱਟੜ ਫੈਨ ਅਤੇ ਕੱਟੜ ਹੇਟਰਸ ਕਮੈਂਟ ਬਾਕਸ ਦੇ ਵਿੱਚ ਆਪਣੇ ਕਮੈਂਟਸ ਦੇਣਾ ਇਸ ਵੀਡੀਓ ਦੇ ਲਈ ਨਾ ਭੁੱਲਣਾ